ਜ਼ਹਿਰ ਜਾਂ ਡੰਗ ਮਾਰਨ ਦੇ ਮਾਮਲੇ 'ਚ ਹਰ ਕਿਸੇ ਦੀ ਉਂਗਲ ਸੱਪਾਂ ਵੱਲ ਜਾਂਦੀ ਹੈ। ਪਰ ਅਜੋਕੇ ਸਮੇਂ ਦੇ ਵਿੱਚ ਇਉਂ ਲੱਗਦਾ ਹੈ ਜਿਵੇਂ ਸੱਪ ਤਾਂ ਸਿਰਫ ਬਦਨਾਮ ਹੀ ਹੋਣ, ਅਸਲ 'ਚ ਬੰਦੇ ਨਾਲੋਂ ਜ਼ਹਿਰੀ ਹੋਰ ਕੁਝ ਹੋ ਹੀ ਨਹੀਂ ਸਕਦਾ। ਇਹਦੇ ਉਦਾਹਰਨ ਬੀਤੇ ਦਿਨੀ ਜਾਣੀ ਕਿ 3 ਨਵੰਬਰ ਨੂੰ ਐਲਵਿਸ ਜਾਦਵ ਸਣੇ 6 ਲੋਕਾਂ ਉੱਤੇ ਰੇਪ ਪਾਰਟੀਆਂ ਵਿੱਚ ਸੱਪ ਦਾ ਜ਼ਹਿਰ ਮੁਹੱਈਆ ਕਰਵਾਉਣ ਦੇ ਇਲਜ਼ਾਮਾਂ ਤਹਿਤ ਮਾਮਲਾ ਦਰਜ ਹੋਣ ਤੋਂ ਮਿਲਦੀ ਹੈ। ਵਿਵਾਦਾਂ ਵਿੱਚ ਰਹਿਣ ਵਾਲੇ ਯੂਟਿਊਬਰ ਐਲਵਿਸ ਜਾਦਵ ਉੱਤੇ ਰੇਪ ਪਾਰਟੀਆਂ ਵਿੱਚ ਸੱਪ ਦਾ ਜ਼ਹਿਰ ਮੁਹੱਈਆ ਕਰਵਾਉਣ ਦੇ ਇਲਜ਼ਾਮ ਲੱਗੇ ਨੇ। ਇਹ ਕੇਸ ਭਾਜਪਾ ਵੱਲੋਂ ਸੰਸਦ ਮੈਂਬਰ ਮੇਨਕਾ ਗਾਂਧੀ ਦੀ ਸੰਸਥਾ PFA ਦੀ ਸ਼ਿਕਾਇਤ ਉੱਤੇ ਦਰਜ ਕੀਤਾ ਗਿਆ ਸੀ। FIR ਵਿੱਚ ਮੇਨਕਾ ਗਾਂਧੀ ਦੀ ਸੰਸਥਾ ਵੱਲੋਂ ਕਿਹਾ ਗਿਆ ਸੀ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਐਲਵਿਸ ਜਾਦਵ ਨਾਂ ਦਾ ਯੂਟਿਊਬਰ ਸਨੇਕ ਵੈਨਮ ਜਾਣੀ ਕਿ ਸੱਪ ਦਾ ਜ਼ਹਿਰ ਅਤੇ ਜ਼ਿੰਦਾ ਸੱਪਾਂ ਦੇ ਨਾਲ ਨੋਇਡਾ NCR ਦੇ ਇੱਕ ਫਾਰਮ ਹਾਊਸ 'ਚ ਆਪਣੇ ਗਰੋਹ ਦੇ ਦੂਜੇ ਸਾਥੀਆਂ ਨਾਲ ਵੀਡੀਓ ਸ਼ੂਟ ਕਰਵਾਉਂਦੇ ਨੇ ਅਤੇ ਰੇਪ ਪਾਰਟੀਆਂ ਕਰਦੇ ਨੇ। ਇਸ ਪਾਰਟੀ ਵਿੱਚ ਵਿਦੇਸ਼ੀ ਔਰਤਾਂ ਨੂੰ ਬੁਲਾ ਕੇ ਸਨੇਕ ਵੈਨਮ ਅਤੇ ਨਸ਼ੀਲੇ ਪਦਾਰਥਾਂ ਦਾ ਸੇਵਨ ਹੁੰਦਾ। ਕਿਹਾ ਜਾਂਦਾ ਕਿ ਜਦੋਂ ਕੋਬਰਾ ਤੋਂ ਜ਼ਹਿਰ ਕੱਢਿਆ ਜਾਂਦਾ ਤਾਂ ਸੱਪ ਮਰ ਜਾਂਦੇ ਨੇ। ਦੇਸ਼ ਵਿੱਚ ਬਹੁਤ ਘੱਟ ਸੱਪ ਹਨ, ਇਹਨਾਂ ਨੂੰ ਫੜਨਾ ਅਤੇ ਵਰਤਣਾ ਜੁਰਮ ਹੈ। ਉਹਨਾਂ ਕਿਹਾ ਕਿ ਸੱਪ ਦੇ ਜ਼ਹਿਰ ਦੀ ਨਸ਼ੇ ਵਜੋਂ ਵਰਤੋਂ ਸਰੀਰ ਲਈ ਖਤਰਨਾਕ ਹੋ ਸਕਦੀ ਹੈ। ਸੱਪ ਦੇ ਜ਼ਹਿਰ ਦੀ ਨਸ਼ੇ ਵਜੋਂ ਵਰਤੋਂ ਕੋਈ ਨਵਾਂ ਵਰਤਾਰਾ ਨਹੀਂ। ਸੱਪ ਦੇ ਜ਼ਹਿਰ ਦੇ ਨਸ਼ੇ ਵਜੋਂ ਵਰਤੋਂ ਬਹੁਤ ਸਾਲਾਂ ਤੱਕ ਚੀਨ, ਰੂਸ ਅਤੇ ਹੋਰ ਪੱਛਮੀ ਮੁਲਕਾਂ 'ਚ ਕੀਤੀ ਜਾਂਦੀ ਰਹੀ ਹੈ। ਤਾਏ ਦੀ ਧੀ ਚੱਲੀ ਅਤੇ ਮੈਂ ਕਿਉਂ ਰਹਾਂ ਇਕੱਲੀ ਦੀ ਕਹਾਵਤ ਵਾਂਗ ਹੁਣ ਭਾਰਤ ਵਿੱਚ ਵੀ ਪਾਰਟੀਆਂ ਵਿੱਚ ਸੱਪ ਦੇ ਜ਼ਹਿਰ ਦੇ ਨਸ਼ੇ ਦੀ ਵਰਤੋਂ ਵਾਧਾ ਹੋ ਰਿਹਾ। ਦੂਜੇ ਪਾਸੇ ਭਾਰਤ ਵਿੱਚ ਸੱਪ ਦੇ ਡੰਗ ਕਾਰਨ ਹੋਣ ਵਾਲੀਆਂ ਮੌਤਾਂ ਵਿੱਚ ਵੀ ਭਾਰਤ ਮੋਹਰੀ ਹੈ, ਪਰ ਸੱਪ ਦੇ ਡੰਗ ਨੂੰ ਪੇਂਡੂ ਅਤੇ ਗਰੀਬ ਲੋਕਾਂ ਦੀ ਸਮੱਸਿਆ ਕਿਹਾ ਜਾਂਦਾ ਹੈ। ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਇੱਕ ਪਾਸੇ ਤਾਂ ਸੱਪ ਦਾ ਡੰਗ ਗਰੀਬ ਲਈ ਮੌਤ ਹੈ ਅਤੇ ਦੂਜੇ ਪਾਸੇ ਅਮੀਰਾਂ ਲਈ ਸੱਪ ਦਾ ਡੰਗ ਚੋਜ ਹੈ। ਪੱਛਮੀ ਮੁਲਕਾਂ ਚੀਨ, ਰੂਸ ਅਤੇ ਫਰਾਂਸ ਵਿੱਚੋਂ ਵੀ ਭਾਰਤ ਦੇ ਜ਼ਹਿਰੀਲੇ ਸੱਪਾਂ ਦੀ ਕਾਫੀ ਮੰਗ ਰਹੀ ਹੈ। ਵਿਦੇਸ਼ਾਂ ਵਿੱਚ ਕਈ ਲੋਕ ਸ਼ੌਕ ਵਜੋਂ ਸੱਪ ਰੱਖਦੇ ਨੇ। ਐਕਸਾਈਜ਼ ਡਿਪਾਰਟਮੈਂਟ ਵੱਲੋਂ ਸਮੇਂ-ਸਮੇਂ ਤੇ ਹਵਾਈ ਜਹਾਜ਼ਾਂ ਰਾਹੀਂ ਸੱਪਾਂ ਦੀ ਤਸਕਰੀ ਰੋਕਣ ਲਈ ਸਾਵਧਾਨੀਆਂ ਵਰਤੀਆਂ ਜਾਂਦੀਆਂ ਨੇ। ਜ਼ਹਿਰੀਲੇ ਸੱਪਾਂ ਦੀ ਨੇਪਾਲ ਅਤੇ ਬੰਗਲਾਦੇਸ਼ ਵਿੱਚ ਜ਼ਮੀਨੀ ਰਸਤਿਆਂ ਰਾਹੀਂ ਵੀ ਤਸਕਰੀ ਕੀਤੀ ਜਾਂਦੀ ਹੈ। ਅਜਿਹੇ ਗਰੋਹਾਂ ਦਾ ਵੀ ਪਿਛਲੇ ਸਮੇਂ ਵਿੱਚ ਪਰਦਾਫਾਸ਼ ਕੀਤਾ ਜਾ ਚੁੱਕਾ ਹੈ। ਭਾਰਤ ਵਿੱਚ ਰੇਪ ਪਾਰਟੀਆਂ ਜਾਂ ਨਵੇਂ ਸਾਲ ਦੀਆਂ ਪਾਰਟੀਆਂ ਵਿੱਚ ਸੱਪ ਦੇ ਜ਼ਹਿਰ ਦੀ ਨਸ਼ੇ ਵਜੋਂ ਵਰਤੋਂ ਦਿਨ ਬਦਿਨ ਵੱਧ ਰਹੀ ਹੈ। ਕੁਝ ਦਿਨ ਪਹਿਲਾਂ ਹੀ ਗੁਜਰਾਤ ਦੇ ਜੰਗਲਾਂ ਵਿੱਚੋਂ ਵੀ ਸੱਪਾਂ ਨੂੰ ਮੁੰਬਈ ਵਰਗੇ ਸ਼ਹਿਰਾਂ ਵਿੱਚ ਭੇਜਣ ਵਾਲਾ ਗਰੋਹ ਸਾਹਮਣੇ ਆਇਆ ਸੀ। ਕਿਹਾ ਜਾਂਦਾ ਹੈ ਕਿ ਜਦੋਂ ਨਸ਼ੇੜੀ ਕਿਸੇ ਨਸ਼ੇ ਦੀ ਵਧੇਰੇ ਮਾਤਰਾ ਕਰਨ ਲੱਗ ਜਾਂਦੇ ਨੇ ਤੇ ਉਹਨਾਂ ਨੂੰ ਉਹ ਨਸ਼ਾ ਅਸਰ ਕਰਨ ਨੂੰ ਹਟ ਜਾਂਦਾ ਹੈ। ਫਿਰ ਨਸ਼ੇ ਦੀ ਪੂਰਤੀ ਲਈ ਹੋਰ ਵਧੇਰੇ ਖਤਰਨਾਕ ਨਸ਼ੇ ਦੀ ਵਰਤੋਂ ਸ਼ੁਰੂ ਹੁੰਦੀ ਹੈ, ਜਿਹਦੇ ਵਿੱਚੋਂ ਸੱਪ ਦਾ ਜ਼ਹਿਰ ਵੀ ਇੱਕ ਹੈ। ਕੁਝ ਲੋਕ ਘੱਟ ਉਮਰ ਦੇ ਸੱਪਾਂ ਨੂੰ ਪਾਰਟੀਆਂ ਵਿੱਚ ਰੱਖਦੇ ਹਨ ਨਸ਼ੇ ਲਈ ਤੇ ਉਹਨਾਂ ਦੇ ਡੰਗ ਤੋਂ ਨਸ਼ਾ ਪ੍ਰਾਪਤ ਕਰਨ ਲਈ ਉਹਨਾਂ ਨੂੰ ਤੜਫਾਉਂਦੇ ਨੇ। ਆਮ ਤੇ ਗਰੀਬ ਲੋਕਾਂ ਲਈ ਸੱਪ ਦਾ ਡੰਗ ਮੌਤ ਸਮਾਨ ਹੈ। ਇਸ ਸੰਬੰਧੀ ਅਸੀਂ ਆਪ ਸਾਹਿਬ ਨਾਲ ਇੱਕ ਜਾਣਕਾਰੀ ਸਾਂਝੀ ਕਰਦੇ ਹਾਂ ਕਿ ਭਾਰਤ ਵਿੱਚ ਸੱਪ ਦੇ ਜ਼ਹਿਰ ਨਾਲ ਮਰਨ ਵਾਲਿਆਂ ਦੀ ਗਿਣਤੀ ਸਭ ਤੋਂ ਵੱਧ ਹੈ। ਇੱਕ ਅਧਿਐਨ ਦੇ ਮੁਤਾਬਕ ਦੁਨੀਆ ਭਰ ਵਿੱਚ ਸੱਪ ਦੇ ਜ਼ਹਿਰ ਨਾਲ ਹੋਣ ਵਾਲੀਆਂ ਮੌਤਾਂ ਵਿੱਚੋਂ 80% ਭਾਰਤ ਵਿੱਚ ਹੁੰਦੀਆਂ ਨੇ ਤੇ ਮਰਨ ਵਾਲਿਆਂ ਦੀ ਗਿਣਤੀ 64,000 ਦੇ ਲਗਭਗ ਹੈ। 4 ਲੱਖ ਦੇ ਕਰੀਬ ਲੋਕ ਅਧਰੰਗ, ਅੱਖਾਂ ਦੀ ਰੋਸ਼ਨੀ ਗਵਾਉਣ ਅਤੇ ਹੋਰ ਬਿਮਾਰੀਆਂ ਦਾ ਸ਼ਿਕਾਰ ਹੁੰਦੇ ਨੇ। ਅਧਿਐਨ ਦੇ ਅਨੁਸਾਰ 2000 ਤੋਂ ਲੈ ਕੇ 2019 ਦੇ ਲਗਭਗ 2 ਦਹਾਕੇ ਦੇ ਸਮੇਂ ਦੌਰਾਨ ਸੱਪ ਦੇ ਡੰਗ ਨਾਲ 12 ਲੱਖ ਲੋਕਾਂ ਦੀ ਮੌਤ ਹੋ ਗਈ। ਇਹਨਾਂ ਵਿੱਚੋਂ ਅੱਧੇ 30 ਤੋਂ 69 ਸਾਲ ਦੀ ਉਮਰ ਦੇ ਸਨ, ਜਦਕਿ 25% ਬੱਚੇ ਸਨ। ਜਾਣਕਾਰਾਂ ਮੁਤਾਬਕ ਜਿੰਨੇ ਮਾਮਲੇ ਸਰਕਾਰੀ ਦਸਤਾਵੇਜ਼ਾਂ 'ਚ ਦਰਜ ਨਹੀਂ ਹਨ, ਅਸਲੀ ਅੰਕੜੇ ਇਸ ਤੋਂ ਕਈ ਗੁਣਾ ਵੱਧ ਹੋ ਸਕਦੇ ਨੇ, ਕਿਉਂਕਿ ਕਈ ਵਾਰ ਲੋਕ ਮੌਤ ਦਾ ਅਸਲ ਕਾਰਨ ਦੱਸਣੋਂ ਵੀ ਝਿਜਕਦੇ ਰਹਿੰਦੇ ਨੇ। ਸਾਲ 2001 ਤੋਂ 2014 ਦੇ ਦੌਰਾਨ ਬਿਹਾਰ, ਝਾਰਖੰਡ, ਉੜੀਸਾ ਅਤੇ ਆਂਧਰਾ ਪ੍ਰਦੇਸ਼ ਵਿੱਚ ਸਥਿਤੀ ਬੇਹੱਦ ਚਿੰਤਾਜਨਕ ਸੀ। ਪਿਛਲੇ ਕੁਝ ਸਾਲਾਂ ਵਿੱਚ ਸੱਪ ਦੇ ਜ਼ਹਿਰ ਨੂੰ ਇੱਕ ਸਮੱਸਿਆ ਦੇ ਰੂਪ ਵਿੱਚ ਦੇਖਦੇ ਹੋਏ ਰਾਸ਼ਟਰੀ ਸਿਹਤ ਮਿਸ਼ਨ ਦੇ ਤਹਿਤ ਇਸ ਦਿਸ਼ਾ ਵਿੱਚ ਯਤਨ ਕੀਤੇ ਜਾ ਰਹੇ ਨੇ। ਰੇਪ ਪਾਰਟੀਆਂ ਵਿੱਚ ਸੱਪ ਦਾ ਜ਼ਹਿਰ ਮੁਹੱਈਆ ਕਰਵਾਉਣ ਦੇ ਮਾਮਲੇ ਵਿੱਚ ਗ੍ਰਿਫਤਾਰ ਹੋਏ ਯੂਟਿਊਬਰ ਐਲਵਿਸ ਜਾਦਵ ਇਸ ਗੱਲ ਦਾ ਪ੍ਰਤੱਖ ਸਬੂਤ ਹੈ ਕਿ ਕਿਧਰੇ ਨਾ ਕਿਧਰੇ ਕੁਝ ਨਾ ਕੁਝ ਤਾਂ ਗੜਬੜ ਜ਼ਰੂਰ ਹੋ ਰਹੀ ਹੈ। ਅਤੇ ਇਹ ਗੱਲ ਵੀ ਸੱਚ ਹੈ ਕਿ ਸੱਪ ਦਾ ਡੰਗ ਗਰੀਬ ਲਈ ਮੌਤ ਅਤੇ ਅਮੀਰ ਲਈ ਚੋਜ ਹੈ।